ਪਿੰਡ ਦੇ ਵਿੱਚ ਗਾਊ ਮਾਸ ਨੂੰ ਲੈ ਕੇ ਮਾਹੌਲ ਭਖਿਆ ਹੈ ਪਿੰਡ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਗਾਊ ਦੇ ਮਾਸ ਦੀ ਤਸਕਰੀ ਕੀਤੀ ਜਾਂਦੀ ਸੀ ਬਾਜ਼ਾਰ ਦੇ ਵਿੱਚ ਗਾਊ ਦਾ ਮੀਟ ਵੇਚਿਆ ਜਾਂਦਾ ਸੀ ਜਿਸ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਆਤ ਹੁੰਦੀਆਂ ਹੋਈਆਂ ਵਿਖਾਈ ਦਿੱਤੀਆਂ ਅਤੇ ਪਿੰਡ ਵਾਲਿਆਂ ਨੇ ਇਸ ਸੰਬੰਧੀ ਆਪਣਾ ਰੋਸ ਜਤਾਇਆ ਅਤੇ ਉੱਥੇ ਹੀ ਗਊ ਰੱਖਿਕਾਰਾਂ ਦੇ ਵੱਲੋਂ ਵੀ ਉਕਤ ਨੌਜਵਾਨ ਤੇ ਪਰਚਾ ਵੀ ਦਰਜ ਕਰਵਾਇਆ ਗਿਆ ਤਾਂ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਗਾਊ ਦੇ ਮਾਸ ਨੂੰ ਲੈ ਕੇ ਮਾਹੌਲ ਭਖਿਆ ਹੈ ਪਿੰਡ ਦੇ ਹੀ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਗਊ ਦਾ ਮਾਸ ਦੀ ਤਸਕਰੀ ਕਰਦੇ ਹੋਏ ਫੜਿਆ ਗਿਆ ਅਤੇ ਜਿਵੇਂ ਹੀ ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ ਇਤੋਂ ਤੱਕ ਕਿ ਉਹਨਾਂ ਨੇ ਜਦ ਉਸਦੇ ਘਰ ਤੇ ਵਿਖੇ ਜਾ ਕੇ ਵੇਖਿਆ ਤਾਂ ਉੱਥੇ ਵੀ ਇੱਕ ਬੱਚੀ ਪਈ ਹੋਈ ਸੀ ਜਿਸ ਨੂੰ ਕੀ ਉਹਨਾਂ ਦੇ ਵੱਲੋਂ ਮੌਕੇ ਤੋਂ ਛੁਟਵਾਇਆ ਗਿਆ ਅਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਕਿ ਜੋ ਸ਼ਖਸ ਦੇ ਵੱਲੋਂ ਅਜਿਹੀ ਹਰਕਤ ਕੀਤੀ ਜਾ ਰਹੀ ਹੈ ਇਸ ਨਾਲ ਧਾਰਮਿਕ ਭਾਵਨਾਵਾਂ ਆਖਿਤ ਹੁੰਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਹਿੰਦੂ ਧਰਮ ਦੇ ਵਿੱਚ ਗਊ ਦਾ ਇੱਕ ਮਾਨ ਸਤਕਾਰ ਹੈ ਅਤੇ ਜਿਸ ਕਦਰ ਨੌਜਵਾਨ ਦੇ ਵੱਲੋਂ ਗਊ 마ਸ ਦੀ ਤਸਕਰੀ ਕੀਤੀ ਜਾ ਰਹੀ ਸੀ ਉਸ ਨੂੰ ਲੈ ਕੇ ਗਊ ਰੱਖੇ ਕਾਂ ਦੇ ਵੱਲੋਂ ਆਪਣਾ ਰੋਸ ਪ੍ਰਗਟਾਇਆ ਗਿਆ ਅਤੇ ਇਸ ਸੰਬੰਧੀ ਪੁਲਿਸ ਤੋਂ ਵੀ ਸੂਚਿਤ ਕੀਤਾ ਗਿਆ ਫਿਲਹਾਲ ਪੁਲਿਸ ਨੇ ਉਕਤ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਘਟਨਾਗੀ ਇਹ ਆਪਣਾ گا ਮੋੜਨਾਬਾ ਦੀ ਹਦਾ ਰੋੜੀ ਅੱਥੇ ਨੇੜੇ ਤੇ ਨੇੜੇ ਮੇਰਾ ਖੇਤ ਆ ਤੇ ਮੈਂ ਉੱਥੇ ਖੜਾ ਸੀ ਉੱਥੇ ਮੈਂ ਦੋ ਸੱਕੀ ਦੇਖੇ ਜੋ ਮੋਟਰਸਾਈਕਲ ਤੇ ਆਉਂਦੇ ਸੀ ਮੋਟਰਸਾਈਕਲ ਦੇ ਦੋਨੇ ਸਾਈਡਾਂ ਤੇ ਬੋਰੀਆਂ ਭਰੀਆਂ ਹੋਈਆਂ ਸੀ ਮੈਂ ਚੋਰ ਸਮਝ ਕੇ ਉਹਨਾਂ ਨੇ ਮੰਗਰ ਲੱਗਿਆ ਤੇ ਇੱਥੇ ਸਾਡੇ ਪੰਚਾਇਤੀ ਟਾਕਾ ਉਹਦੇ ਵਿੱਚ ਦੋ ਮੋਟਰਾਂ ਮਾਹਾਂ ਵੀ ਇਹ ਕੇਵਲ ਚੋਰੀ ਕਰਨ ਆਏ ਆ ਜਦੋਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੈਨੂੰ ਕਹਿੰਦੇ ਵੀ ਅਸੀਂ ਤਾਂ ਇੱਥੇ ਇੱਕ ਬੱਸੀ ਛਿੱਟਣ ਆਏ ਆ ਤੇ ਉਹ ਇੱਥੋਂ ਐ ਭੱਜਲੇ ਭੱਜ ਤੁਰੇ ਉਹਨੂੰ ਮੈਂ ਮੋਟਰਸਾਈਕਲ ਮੰਗਰ ਲਾ ਲਿਆ ਤੇ ਉਹ ਗਾਹਾਂ ਭੱਜਣ ਲੱਗੇ ਮੈਂ ਕਿਹਾ ਵੀ ਅੱਗੇ ਬੰਦੇ ਖੜੇ ਉਹ ਵਾਪਸ ਮੁੜ ਗਏ ਮੂਰੇ ਨਿੱਕਾ ਸਿੰਘ ਸੀਗਾ ਤੇ ਮੇਰਾ ਦੋਸਤ ਤੇ ਮੈਂ ਉਹਨੂੰ ਫੋਨ ਕਰਿਆ ਤੇ ਉਹਨੇ ਮੂਰੇ ਮੋਟਰਸਾਈਕਲ ਛਿੱਟਿਆ ਉਹਦੇ ਵਿੱਚ ਮੋਟਰਸਾਈਕਲ ਵੀ ਮਾਰ ਕੇ ਤੇ ਉਸ ਤੋਂ ਬਾਅਦ ਉਹ ਮੌੜ ਨਾਪਾ ਨੂੰ ਉਹਦੇ ਵਿੱਚ ਦੀ ਛਿੜੀ ਵਾਲੇ ਰਾ ਭੱਜ ਗਏ ਹੁਣ ਮੌਕੇ ਦਾ ਸੀਨ ਤੁਸੀਂ ਵੀ ਦੇਖ ਲਿਆ ਤੁਸੀਂ ਵੀ ਦੇਖ ਚੁੱਕੇ ਹੋ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਏ ਬਈ ਗੱਲਬਾਤ ਮੈਨੂੰ ਤਾਂ ਨਹੀਂ ਪਤਾ ਸੀਗਾ ਮੈਂ ਨਾ ਮੈਨੂੰ ਪਰੜ ਸਿੰਘ ਨੇ ਫੋਨ ਲਾਇਆ ਸੀਗਾ ਤੇ ਮੈਂ ਮੌੜ ਨਾਪੇ ਤੋਂ ਫੀਲਡ ਲੈ ਕੇ ਆਉਂਦਾ ਸੀਗਾ ਤੇ ਇਹਨੂੰ ਕੋਈ ਸੱਕੀਬੰਦ ਮੋਟਰਹਾਂ ਦਿੱਸਿਆ ਸੀਗਾ ਠੀਕ ਆ ਤੇ ਇਹਨੇ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਕੇਬਲ ਵਾਲੇ ਬੰਦੇ ਫਿਰਦੇ ਆ ਮੈਨੂੰ ਕਹਿੰਦਾ ਕਿੱਥੇ ਆ ਮੇਰਾ ਘਰ ਹੈਗਾ ਸਾਹਮਣੇ ਨਾਲ ਹੀ ਹੈ ਘਰ ਦੇ ਤੇ ਮੈਂ ਖਾ ਮੈਂ ਮੋੜਨਾ ਪਿਆ ਕਹਿੰਦਾ ਇਧਰ ਨੂੰ ਆਗੇ ਬੰਦੇ ਮੈਂ ਮੁਰੋਂ ਮੋਟਰਹਾਂ ਲਾਇਆ ਮੈਂ ਇਹ ਮੋਟਰਹਾਂ ਦੋਨੇ ਤੇਜ਼ ਜਾਂਦੇ ਦੇਖੇ ਤਾਂ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੱਥ ਦਿੱਤਾ ਉਹਨੂੰ ਮੈਂ ਕਿਹਾ ਤੇ ਉਹ ਬੰਦਾ ਮੈਨੂੰ ਕਹਿੰਦਾ ਮੈਂ ਆਸੂਗਾ ਮੈਨੂੰ ਆਸੂ ਕਹਿ ਕੇ ਉਹਨੇ ਮੋਟਰਹਾਂ ਖਿੱਚਤਾ ਮੈਂ ਬੱਚ ਮਾਰਿਆ ਮੋਟਰਹਾਂ ਤੇ ਮੈਂ ਮੇਰੇ ਮਗਰ ਦੇ ਵੀ ਫੀੜ ਦੇ ਘੱਟੇ ਮੈਂ ਡੱਗ ਪਿਆ ਠ ਤੇ ਉਹ ਬੰਦਾ ਡੈਗਦਾ ਡੈਗ ਸੰਭਲ ਗਿਆ ਮਗਰੀ ਪਰੜਖ ਸਿੰਘ ਦਾ ਮੋਟਰਾਂ ਸੀਗਾ ਮੈਂ ਆ ਆ ਦੇਲਾ ਮੋਟਰਾਂ ਛੱਡ ਕੇ ਮੈਂ ਪਰੜਟ ਦੇ ਮੋਟਰਾਂ ਨਾਲ ਤੇ ਬਹਿ ਗਿਆ ਮਗਰ ਮੈਂ ਉਹਦੇ ਮਗਰ ਗਿਆ ਮੈਂ ਮੂਰੇ ਮੁੰਡਿਆਂ ਨੂੰ ਫੋਨ ਲਾਤਾ ਉਹਨਾਂ ਨੇ ਵੀ ਦੇਖਿਆ ਉਹਨਾਂ ਨੂੰ ਵੀ ਇਹੀ ਗੱਲ ਕਹਿ ਕੇ ਲੰਘਿਆ ਉਹ ਕਹਿੰਦਾ ਮੈਂ ਆਸੂ ਆ ਆਸੂ ਕਹਿ ਕੇ ਉਹ ਚਿੜੀਆ ਦਾ ਮੋੜ ਨਾਲ ਵਿੱਚ ਵੜ ਗਿਆ ਉੱਥੇ ਜਾਤੋ ਗਮੋ ਗਿਆ ਮਾਸ ਕਿਸ ਜਾਨਵਰ ਦਾ ਸੀਗਾ ਜਿਹੜਾ ਦੱਸਿਆ ਜਾ ਰਿਹਾ ਹੈ گاਉ ਦਾ ਜੀ ਇੱਕ ਕੱਟੇ ਦਾ ਸੀਗਾ ਜੀ ਤੇ ਦੋ ਬਸਰੂਆ ਇੱਕ ਕਹਿੰਦੇ ਘਰ ਵੀ ਦਾ ਘਰਾਓ ਵੀ ਕੀਤਾ ਹੋਇਆ ਘਰੋਂ ਬਾਈ ਅਸੀਂ ਇੱਥੋਂ ਜਦੋਂ ਮੋਟਰਾਂ ਨਾਲ ਹੱਕ ਤੇ ਮਗਰ ਉਹਦੇ ਸਾਨੂੰ ਨਹੀਂ ਪਤਾ ਪਿੰਡ ਮੋੜ ਨਾਲ ਪਿੰਡ ਵੱਡਾ ਕਰਕੇ ਗੁੰਮ ਗਿਆ ਸਾਥੋਂ ਅਸੀਂ ਉਹਦੇ ਘਰੇ ਬਾਗੇ ਉਹਦਾ ਇੱਕ ਜਵਾਕ ਹੈਗਾ ਸਾਰਾ ਮੰਨ ਕੇ ਚੱਲੋ ਵੀ 11-12 ਸਾਲ ਦਾ ਇੱਕ ਹੋਊਗਾ 16-17 ਸਾਲ ਦਾ ਉਹ ਅਸੀਂ ਦੇਖੇ ਦੋਨੇ ਜਣੇ ਤੇ ਉਹਨਾਂ ਦੀ ਸਾਡੀ ਵੀਡੀਓ ਹੈਗੀ ਸਾਡੇ ਕੋਲੇ ਇੱਕ ਬੱਸੀ ਦੇਸੀ ਗਾਂ ਤੇ ਉਹ ਕਿੱਥੇ ਆਉਂਦੇ ਸੀਗੇ ਅਸੀਂ ਜਦੋਂ ਉਹਨਾਂ ਦੇ ਮਗਰ ਪਏ ਅਸੀਂ ਕਿੱਥੇ ਲੈ ਕੇ ਜਾਂਦੇ ਹਾਂ ਉਹ ਜਾ ਕੇ ਸਿੱਧੇ ਆਸੂ ਦੇ ਘਰੇ ਵੜ ਗਏ ਬੱਚੀ ਉੱਥੇ ਛੱਡ ਗਏ ਬੱਸੇ ਸੀ ਬੰਦ ਲਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਇੱਥੇ ਪ੍ਰਸ਼ਾਸਨ ਦੇ ਦੋ ਅਧਿਕਾਰੀ ਆਏ ਸੀ ਬਾਈ ਉਹ ਕਹਿੰਦੇ ਵੀ ਅਸੀਂ 9 ਵਜੇ ਆ ਕੇ ਕਾਰਵਾਈ ਕਰਾਂਗੇ ਤਰਕੇ ਰਾਤ ਵਾਲੀ ਜਿਹੜੀ ਘਟਨਾ ਜੀ ਰਾਤ ਕੀ ਹੋਇਆ ਵੀ ਉਹ ਜਿਹੜਾ ਮੀਟ ਵੇਚਦਾ ਸੀਗਾ ਦੁਕਾਨ ਤੇ ਜਾਂ ਲੋਕਾਂ ਨੂੰ ਦਿੰਦਾ ਸੀ ਉਹੋ ਜੀ ਜਿਹੜੀਆਂ ਬੱਚੀਆਂ ਤੇ ਬੱਚੇ ਬੇਸਹਾਰਾ ਕੋ ਮਰੇ ਉਹਨਾਂ ਨੂੰ ਫੜ ਕੇ ਘਰੇ ਲੈ ਜਾਂਦਾ ਸੀ ਉਹਨਾਂ ਦੀ ਘੱਟ ਵੱਡ ਕਰਕੇ ਲੋਕਾਂ ਨੂੰ ਗਊ ਮਾਸ ਖਵਾ ਰਿਆ ਸੀ ਪਿੰਡ ਵਾਲਿਆਂ ਨੇ ਫੜ ਲਿਆ ਭਗਤਪੁਰਾ ਮੋੜ ਹੱਡਾ ਰੂੜੀ ਦੇ ਵਿੱਚ ਉਹ ਉਹਦੇ ਅੰਗ ਸਿੱਟਣ ਗਿਆ ਸੀ ਤੇ ਪਿੰਡ ਵਾਲਿਆਂ ਨੇ ਦੇਖਿਆ ਵੀ ਅੰਗ ਸਿੱਟ ਰਿਹਾ ਪਿੰਡ ਵਾਲੇ ਉਹਦੇ ਮਗਰ ਲੱਗੇ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਇਸ ਦੀ ਇਤਲਾ ਪਿੰਡ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਦ ਉਸਦੇ ਘਰੇ ਰੇਡ ਕੀਤੀ ਗਈ ਤਾਂ ਇੱਕ ਬੱਚੀ ਛੋਟੀ ਜੀ ਬਰਾਮਦ ਹੋਈ ਹੈ ਜੀ ਇਹ ਰਾਹ ਸਾਨੂੰ ਫੋਨ ਆਇਆ ਸੀਗਾ ਮੋੜ ਨਾਬੇ ਤੋਂ ਵੀ ਆਸ਼ੂ ਖਾਨ ਦਾ ਕੋਈ ਨਾਂ ਦਾ ਵਿਅਕਤੀ ਹੈਗਾ ਉਹ ਗਾਂ ਵੱਡਾ ਵੇਚ ਕੇ ਵੇਚਦਾ ਹੈਗਾ ਤੇ ਭਗਤਪੁਰਾ ਮੋੜ ਕੋਈ ਰੋੜਾ ਹੱਡੀ ਹੈ ਉੱਥੇ ਕੋਈ ਜਾਨਵਰ ਪਿਆ ਹੈਗਾ ਸਵਾੰਦੇਸੂ ਗਏ ਸੀ ਉੱਥੇ ਅਸੀਂ ਤੇ ਉਸ ਤੋਂ ਬਾਅਦ ਸਾਨੂੰ ਸੰਦੀਪ ਕੁਮਾਰ ਵਰਮਾ ਪੁੱਤਰ ਵਿੰਦਰਨਾਥ ਪ੍ਰਧਾਨ ਪੰਜਾਬ ਹੌਸਲੇ ਰੱਖਿਆ ਦਾ ਮਿਲਕੋ ਹੋਇਆ ਸੀਗਾ ਉਹਦਾ ਬਿਆਨ ਲਿਖਿਆ ਉਹਦੇ ਬਿਆਨ ਲਿਖ ਕੇ ਅਸੀਂ ਉਹਦੇ ਬਖਰਾਪ ਮਗਦਰ ਚ ਕਰ ਰਹੇ ਹਾਂਗੇ ਅੱਜ ਕਰਕੇ ਜਲਦੀ ਉਹਨੂੰ ਕਰਵਾ ਕੀਤਾ ਜਾਵੇ